ਵੈਲਕਮ ਟੂ ਈਜ਼ੀ ਕੁਕਿੰਗ ਬਾਈ ਪਰਮਜੀਤ ਕੌਰ। ਹਾਂਜੀ, ਅੱਜ ਕੀ ਬਣਾਉਣ ਲੱਗੇ ਜੀ? ਅੱਜ ਅਸੀਂ ਚਨੇ ਦੀ ਦਾਲ ਸਰੋਂ ਦੇ ਤੇਲ 'ਚ ਫਰਾਈ ਕਰਾਂਗੇ। ਲਓ ਜੀ, ਅੱਜ ਚਨਾ ਦਾਲ ਸਰਸੋਂ ਦੇ ਤੇਲ 'ਚ ਅਸੀਂ ਫਰਾਈ ਕਰਾਂਗੇ। ਇਹ 200 ਗ੍ਰਾਮ ਅਸੀਂ ਦਾਲ ਲਈ ਸੀ ਜੀ, ਅਤੇ ਇਹਨੂੰ ਫਰੈਸ਼ ਪਾਣੀ ਨਾਲ 3-4 ਵਾਰੀ ਇਸਨੂੰ ਧੋ ਕੇ ਇਹਦਾ ਵਾਈਟ ਪੈਨ ਸਾਰਾ ਕੱਢ ਦਿੱਤਾ ਸੀ, ਅਤੇ ਉਸ ਤੋਂ ਬਾਅਦ ਇਹਦੇ 'ਚ 1/4 ਟੇਬਲ ਸਪੂਨ ਬੇਕਿੰਗ ਸੋਡਾ ਅਤੇ 1/2 ਟੇਬਲ ਸਪੂਨ ਨਮਕ ਉਹ ਇਹਦੇ 'ਚ ਐਡ ਕਰਕੇ ਮਿਕਸ ਕਰਕੇ ਅਤੇ ਰਾਤ ਬਾਰ ਇਹਨੂੰ ਭਿਗੋ ਦਿੱਤਾ ਸੀ। ਅਤੇ ਅਸੀਂ ਭਿਗੋਣਾ ਇੰਨਾ ਕਿ ਇਹਨੂੰ ਵੀ ਦੇਖੋ ਜੀ, ਇਹਨੂੰ ਦਬਾ ਕੇ ਦਿਖਾਓ ਜੀ, ਜਿਹੜੀ ਬਿਲਕੁਲ ਆਹ ਦੇਖੋ ਇਹ ਵਾਲੀ ਦੇਖੋ ਬਿਲਕੁਲ ਸੌਫਟ ਹੈ, ਹੱਥ ਨਾਲ ਟੁੱਟ ਰਹੀ ਹੈ, ਬਸ ਇੰਨੀ ਕੁ ਭਿਗੋਣੀ ਹੈ। ਓਵਰਨਾਈਟ ਭਿਗੋ ਸਕਦੇ ਹੋ ਜਾਂ 7-8 ਘੰਟੇ ਭਿਗੋ ਸਕਦੇ ਹੋ, ਮਤਲਬ ਭਿਗੋਣ ਦਾ ਮਤਲਬ ਇਹ ਵੀ ਇੰਨੀ ਸੌਫਟ ਹੋ ਜਾਏ। ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਫਿਰ ਦੁਬਾਰਾ ਸਵੇਰੇ 3-4 ਪਾਣੀ ਨਾਲ ਇਹਨੂੰ ਧੋਤਾ, ਧੋ ਕੇ ਅਤੇ ਅਸੀਂ ਕੱਪੜੇ 'ਤੇ ਪਾ ਕੇ ਇਹਨੂੰ ਸੁਕਾ ਲਿਆ। ਇਹਨੂੰ ਧੁੱਪੇ ਨਹੀਂ ਸੁਕਾਉਣਾ, ਇਹਨੂੰ ਕਿਸੇ ਟਾਵਲ 'ਤੇ ਕੱਪੜੇ 'ਤੇ ਪਾ ਦਿਓ, ਅਤੇ ਜਦੋਂ ਇਹਦਾ ਪਾਣੀ ਉੱਤੋਂ ਸੁੱਕ ਜਾਏ ਅਤੇ ਉਸ ਤੋਂ ਬਾਅਦ ਇਹ ਫਰਾਈ ਦੇ ਕਾਬਿਲ ਹੋ ਜਾਂਦੀ ਹੈ। ਅਤੇ ਲਓ ਜੀ, ਅਸੀਂ ਹੁਣ ਤੇਲ ਸਰਸੋਂ ਦਾ ਗਰਮ ਰੱਖਿਆ ਹੋਇਆ ਅਤੇ ਅਸੀਂ ਫਰਾਈ ਕਰਨਾ ਸ਼ੁਰੂ ਕਰਦੇ ਹਾਂ। ਲਓ ਜੀ, ਤੇਲ ਸਾਡਾ ਗਰਮ ਹੋ ਗਿਆ ਅਤੇ ਹੁਣ ਅਸੀਂ ਫਰਾਈ ਕਰਨਾ ਸ਼ੁਰੂ ਕਰਦੇ ਹਾਂ ਜੀ। ਇਹ ਥੋੜ੍ਹੀ ਥੋੜ੍ਹੀ ਕਰਕੇ ਫਰਾਈ ਕਰਨੀ ਹੈ, ਜ਼ਿਆਦਾ ਨਹੀਂ। ਇਹਨੂੰ ਫਰਾਈ ਹੋਣ 'ਚ 3 ਕੁ ਮਿੰਟ ਵੈਸੇ ਲੱਗਦੇ ਹਾਂ, ਅਤੇ ਬਾਕੀ ਇਹਦੀ ਪਹਿਚਾਣ ਇਹ ਹੁੰਦੀ ਹੈ ਵੀ ਜਦੋਂ ਇਹ ਫਰਾਈ ਹੋ ਜਾਂਦੀ ਹੈ ਅਤੇ ਇਹ ਤੇਲ ਦੇ ਉੱਪਰ ਆ ਜਾਏਗੀ ਅਤੇ ਬਬਲਸ ਵਗੈਰਾ ਵੀ ਬੰਦ ਹੋ ਜਾਂਦੇ ਨੇ। ਅਸੀਂ ਫਰਾਈ ਕਰਨ ਵਾਸਤੇ ਸਰਸੋਂ ਦਾ ਤੇਲ ਯੂਜ਼ ਕੀਤਾ ਹੈ। ਤੁਸੀਂ ਆਪਣੇ ਟੇਸਟ ਦੇ ਮੁਤਾਬਕ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ, ਰਿਫਾਈਂਡ ਆਇਲ ਵੀ ਲੈ ਸਕਦੇ ਹੋ। ਦੇਖੋ ਜੀ, ਬਬਲਸ ਆਉਣੇ ਸ਼ੁਰੂ ਹੋਏ ਹੋਏ ਆ, ਪਰ 3 ਕੁ ਮਿੰਟ 'ਚ ਇਹਨਾਂ ਨੇ ਫਰਾਈ ਹੋ ਕੇ ਦਾਲ ਉੱਪਰ ਆ ਜਾਣੀ, ਬਬਲਸ ਬੰਦ ਹੋ ਜਾਣਗੇ ਅਤੇ ਸਮਝੋ ਸਾਡੀ ਫਰਾਈ ਹੋ ਗਈ। ਅਸੀਂ ਜ਼ਿਆਦਾ ਵੀ ਫਰਾਈ ਨਹੀਂ ਕਰਨੀ, ਨਹੀਂ ਤਾਂ ਹਾਰਡ ਹੋ ਜਾਂਦੀ ਹੈ ਫਿਰ। ਇਹ ਦੇਖੋ ਜੀ, ਐਸਾ ਐਸਾ ਬਬਲਸ ਬੰਦ ਹੋ ਰਹੇ ਹਨ ਅਤੇ ਦਾਲ ਫੁੱਲ ਕੇ ਉੱਪਰ ਆ ਰਹੀ ਹੈ। ਲਓ ਜੀ, 3 ਮਿੰਟ ਹੋ ਗਏ ਫਰਾਈ ਹੁੰਦਿਆਂ ਅਤੇ ਦਾਲ ਸਾਡੀ ਤੇਲ ਦੇ ਉੱਪਰ ਤਰਨ ਲੱਗ ਗਈ ਅਤੇ ਬਬਲਸ ਬੰਦ ਹੋ ਗਏ, ਅਤੇ ਇਹਦਾ ਮਤਲਬ ਇਹ ਹੈ ਵੀ ਚਨਾ ਦਾਲ ਸਾਡੀ ਫਰਾਈ ਹੋ ਗਈ, ਪ੍ਰੋਪਰ ਫਰਾਈ ਹੋ ਗਈ। ਅਤੇ ਇਸ ਤਰ੍ਹਾਂ ਅਸੀਂ ਇਹਨੂੰ ਕੱਢ ਲੈਣਾ, ਤੇਲ ਇਹਦਾ ਨੀਚੇ ਚੱਲ ਜਾਏਗਾ। ਬਹੁਤ ਹੀ ਸਿੰਪਲ ਹੈ ਦਾਲ ਨੂੰ ਫਰਾਈ ਕਰਨਾ। ਲਓ ਜੀ, ਇਸੇ ਤਰ੍ਹਾਂ ਥੋੜ੍ਹੀ ਥੋੜ੍ਹੀ ਕਰਕੇ ਅਸੀਂ ਸਾਰੀ ਚਨਾ ਦਾਲ ਫਰਾਈ ਕਰ ਲੈਣੀ ਹੈ। ਲਓ ਜੀ, ਦੂਸਰਾ ਲੋਟ ਵੀ ਅਸੀਂ ਚਨਾ ਦਾਲ ਦਾ ਫਰਾਈ ਕਰਕੇ ਕੱਢ ਲੈਂਦੇ ਹਾਂ। ਲਓ ਜੀ, ਇਸੇ ਤਰ੍ਹਾਂ ਅਸੀਂ ਤੀਸਰਾ ਲੋਟ ਵੀ ਫਰਾਈ ਕਰ ਲੈਣਾ ਜੀ। ਲਓ ਜੀ, ਥੋੜ੍ਹੇ ਜਿਹੇ ਅਸੀਂ ਕਰੀ ਪੱਤੇ ਲਏ ਹਾਂ ਜੀ, ਇਹਦੇ ਨਾਲ ਹੀ ਅਸੀਂ ਇਹ ਅਸੀਂ ਫਰਾਈ ਕਰ ਦੇਣੇ ਹਾਂ ਜੀ। ਇਹਦੇ ਨਾਲ ਫਰਾਈ ਚਨਾ ਦਾਲ 'ਚ ਬਹੁਤ ਅੱਛੀ ਖੁਸ਼ਬੂ ਰਹਿੰਦੀ ਹੈ ਜੀ। ਲਓ ਜੀ, ਗੈਸ ਅਸੀਂ ਬੰਦ ਕਰਤੀ ਜੀ ਅਤੇ ਦਾਲ ਇਹ ਵੀ ਫਰਾਈ ਹੋ ਕੇ ਉੱਪਰ ਆ ਗਈ ਅਤੇ ਇਹ ਵੀ ਇਸੇ ਤਰ੍ਹਾਂ ਅਸੀਂ ਕੱਢ ਲੈਣੀ ਹੈ ਜੀ। ਲਓ ਜੀ, ਛੰਡ ਕੇ ਥੋੜ੍ਹਾ ਤੇਲ ਕੱਢ ਦੇਣਾ ਅਤੇ ਇਹ ਸਾਰੇ 'ਚ ਅਸੀਂ ਮਿਕਸ ਕਰ ਦੇਣਾ। ਇਹਨੂੰ ਇਹਦੇ ਪੱਤਿਆਂ ਦੀ ਖੁਸ਼ਬੂ ਸਾਰੀ ਚਨਾ ਦਾਲ 'ਚ ਬਹੁਤ ਅੱਛੀ ਆਏਗੀ ਜੀ। ਲਓ ਜੀ, ਚਨਾ ਦਾਲ ਫਰਾਈ ਸਰਵਿਸ ਪਲੇਟ 'ਚ ਸ਼ਿਫਟ ਕਰਦੇ ਹਾਂ ਜੀ। ਲਓ ਜੀ, ਚਨਾ ਦਾਲ ਫਰਾਈ ਬਣ ਕੇ ਸਾਡੀ ਬਿਲਕੁਲ ਤਿਆਰ ਹੈ ਜੀ। ਉਮੀਦ ਕਰਦੇ ਹਾਂ
ਸਾਡੀ ਰੈਸਪੀ ਤੁਹਾਨੂੰ ਅੱਛੀ ਲੱਗੇਗੀ। ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖੋ ਔਰ ਕਮੈਂਟ ਬਾਕਸ ਕਮੈਂਟ ਕਰਕੇ ਦੱਸੋ ਕਿ ਸਾਡੀ ਰੈਸਪੀ ਤੁਹਾਨੂੰ ਕੈਸੀ ਲੱਗੀ। ਥੈਂਕ ਯੂ ਵੈਰੀ ਮੱਚ।